ਮੇਰਾ ਨਾਮ ਭਰਤ ਲਾਲ ਵਰਮਾ ਜੀ। ਭਰਤ ਲਾਲ ਵਰਮਾ ਜੀ, ਕੀ ਗੱਲ ਹੋ ਗਈ ਰਾਤ? ਸਰ ਰਾਤੀ ਇਸ ਤਰ੍ਹਾਂ ਰੂਟੀਨ ਵਾਈਜ਼ ਮੈਂ ਆਪਣੀ ਸ਼ੋਪ 8:30 ਕਲੋਜ਼ ਕੀਤੀ ਅਤੇ ਰੂਟੀਨ ਵਾਈਜ਼ ਲੋਕ ਵਗੈਰਾ ਲਗਾ ਕੇ ਘਰ ਚਲੇ ਗਏ ਜੀ। ਅਤੇ ਉਸ ਤੋਂ ਬਾਅਦ ਜਦ ਮੈਂ ਸਵੇਰੇ ਮੋਰਨਿੰਗ 10 ਵਜੇ ਆਇਆ, ਅਤੇ ਜਦੋਂ ਮੈਂ ਸਵੇਰੇ 10 ਵਜੇ ਆਇਆ ਤਾਂ ਮੈਂ ਦੇਖਿਆ ਕਿ ਲੋਕ ਟੁੱਟੇ ਹੋਏ ਸੀਗੇ, ਅਤੇ ਉਹਦੇ ਵਿੱਚ ਜਦੋਂ ਮੈਂ ਸ਼ਟਰ ਚੱਕਿਆ ਤਾਂ ਸਾਰਾ ਹੀ ਸਮਾਨ ਇੱਧਰ ਉੱਧਰ ਖਿਲ ਰਿਹਾ ਪਿਆ ਸੀ, ਸਭ ਸਮਾਨ ਟੁੱਟਿਆ ਹੋਇਆ ਸੀ ਅਤੇ ਲੋਕਰ ਦੇ ਉੱਪਰ ਹਥੌੜੇ ਚਲਾਏ ਹੋਏ ਸੀਗੇ ਜੀ। ਜਦੋਂ ਮੈਂ ਦੇਖਿਆ ਵੀ ਸਮਾਨ ਮੇਰਾ, ਲਗਭਗ ਮੈਨੂੰ ਲੱਗਿਆ ਵੀ ਇਹ ਚੋਰੀ ਦੀ ਵਾਰਦਾਤ ਹੈ, ਅਤੇ ਅਸੀਂ ਤੁਰੰਤ ਪੁਲਿਸ ਸਟੇਸ਼ਨ ਜਾ ਕੇ ਇਹਦੀ ਸ਼ਿਕਾਇਤ ਦਰਜ ਕੀਤੀ ਹੈ, ਅਤੇ ਲਗਭਗ 1 ਘੰਟੇ ਬਾਅਦ ਇੱਕ ਪੁਲਿਸ ਵਾਲਾ ਆ ਕੇ ਇਹਦੀ ਰਿਕਾਰਡਿੰਗ ਕਰਕੇ ਲੈ ਕੇ ਗਏ ਹੈ, ਅਤੇ ਅਸੀਂ ਉਹਦੇ ਬਾਅਦ ਅਸੀਂ ਨਾਲ ਫੁਟੇਜ ਚੈੱਕ ਕੀਤੀ ਹੈ ਤਾਂ ਉਹਦੇ ਵਿੱਚ ਲਗਭਗ 11:30 ਵਜੇ 3 ਬੰਦੇ ਇੱਕ ਮੋਟਰਸਾਈਕਲ ਦੇ ਉੱਤੇ ਮੇਰੀ ਸ਼ੋਪ ਦੇ ਬਾਹਰ ਆਏ, ਅਤੇ ਆ ਕੇ ਉਹਨਾਂ ਨੇ ਉੱਤਰ ਕੇ ਨੀਚੇ ਇੱਕ ਬੰਦਾ ਉਹਨਾਂ ਨੂੰ ਛੱਡ ਕੇ ਚਲਾ ਗਿਆ, ਅਤੇ 2 ਬੰਦੇ ਪੌੜੀਆਂ ਚੜ੍ਹ ਗਏ ਉੱਪਰ, ਨਾਲੇ ਮੇਰੇ ਦੁਕਾਨ ਦੇ ਪੌੜੀਆਂ ਲੱਗੀਆਂ ਹੋਈਆਂ ਤਾਂ ਉੱਪਰ ਚੜ੍ਹ ਗਏ, ਅਤੇ ਉਸ ਤੋਂ ਬਾਅਦ ਉਹ 11:30-12 ਵਜੇ ਤੱਕ ਉਹਨਾਂ ਨੇ ਲੋਕ ਤੋੜ ਕੇ 2 ਬੰਦੇ ਅੰਦਰ ਐਂਟਰ ਹੋ ਹੁੰਦੇ ਨਜ਼ਰ ਆ ਰਹੇ ਹਨ CCTV ਫੁਟੇਜ, ਅਤੇ ਉਹਨਾਂ ਨੇ ਲਗਭਗ 1:30 ਵਜੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਹਦਾ CCTV ਫੁਟੇਜ ਦੇ ਮੁਤਾਬਕ। ਅਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਲਗਭਗ ਜੀ 2-2.5 ਕਿਲੋ ਚਾਂਦੀ ਲੈ ਗਏ ਉਹ, ਜਿਹੜੀ ਬਾਹਰ ਕਾਊਂਟਰ 'ਤੇ ਲੱਗੀ ਹੋਈ ਸੀਗੀ, ਅਤੇ 30-35 ਗ੍ਰਾਮ ਸੋਨਾ ਹੈ, ਬਾਕੀ ਕੁਛ ਸਮਾਨ ਰਿਪੇਅਰ ਵਾਸਤੇ ਆਇਆ ਹੋਇਆ ਸੀਗਾ ਗਾਹਕਾਂ ਦਾ, ਤਾਂ ਉਹ ਲੈ ਗਏ, ਅੰਦਾਜ਼ਾ 2.5-3 ਲੱਖ ਰੁਪਏ ਦਾ। ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ? ਸਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਨੇੜੇ ਪੁਲਿਸ ਸਟੇਸ਼ਨ ਕੁਰਾਲੀ ਦੇ, ਜਦ ਇੰਨੀ ਵੱਡੀ ਵਾਰਦਾਤ, ਇੰਨੀ ਚੋਰੀਆਂ ਹੋ ਸਕਦੀਆਂ, ਬਿਲਕੁਲ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਕੁਆਟਰ ਬਣੇ ਹੋਏ ਆ, ਉਹ ਸਾਰੀ ਰਾਤ ਗਹਿਰੀ ਨੀਂਦ ਸੁੱਤੇ ਪਏ ਰਹੇ, ਅਤੇ ਉਹਨਾਂ ਨੂੰ ਇੰਨੀ ਨਜ਼ਦੀਕ 'ਤੇ ਵੀ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੋਇਆ ਕਿ ਰਾਤ ਨੂੰ ਜਿਹੜੀ ਪੁਲਿਸ ਦੀ ਪਹਿਰਾ ਹੁੰਦਾ ਹੈ ਕਿ ਉਹ ਨਹੀਂ ਹੋ ਰਿਹਾ, ਇੰਨੀ ਨਜ਼ਦੀਕ ਹੋ ਕੇ ਵੀ ਪੁਲਿਸ ਸਟੇਸ਼ਨ ਦੇ ਐਡੀ ਵੱਡੀ ਵਾਰਦਾਤ ਹੋ ਜਾਵੇ, ਤਾਂ ਉਹਦਾ ਕੀ ਸਾਡੇ ਸ਼ਹਿਰ ਕੀ ਸੁਰੱਖਿਅਤ ਹੈ? ਇਹਦੇ ਵਿੱਚ ਪੁਲਿਸ ਵਾਲੇ ਕਿਸ ਰਾਤ ਨੂੰ ਪਹਿਰਾ ਨਹੀਂ ਦਿੰਦੇ? ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਸਾਰੀ ਰਾਤ, ਉਹ ਵੀ ਟਾਈਮ ਦੇਖੋ ਤੁਸੀਂ 11:30-12 ਦੇ ਵਿੱਚ, ਜਦਕਿ ਲੋਕ ਔਰ ਪੁਲਿਸ ਪ੍ਰਸ਼ਾਸਨ 11:12 ਵਜੇ ਤੱਕ 1 ਵਜੇ ਤੱਕ ਡਿਊਟੀ ਦਿੰਦਾ, ਅਤੇ ਇਹਦੇ ਵਿੱਚ ਵੀ ਵਾਰਦਾਤ ਹੋ ਗਈ। ਫਿਰ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਅਤੇ ਸ਼ਹਿਰ ਨੂੰ ਸਹੂਲਤ ਸੁਰੱਖਿਆ ਪ੍ਰਦਾਨ ਕਰੀ ਜਾਵੇ, ਦੁਕਾਨਦਾਰਾਂ ਨੂੰ ਸੁਰੱਖਿਆ ਪ੍ਰਦਾਨ ਕਰੀ ਜਾਵੇ, ਇਹੀ ਪ੍ਰਸ਼ਾਸਨ ਦਾ ਮੰਗ। ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ? ਸਰ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਵੀ ਨਹੀਂ ਹੋਈ। ਮੇਰੀ ਰਿਪੋਰਟ ਦੇਣ ਤੋਂ ਬਾਅਦ ਕੋਈ ਪੁਲਿਸ ਮੁਲਾਜ਼ਮ ਸਿਰ ਇੱਕ ਵਾਰ ਆ ਕੇ ਉਹਨਾਂ ਨੇ ਦੁਬਾਰਾ ਇਹ ਵੀ ਨਹੀਂ ਜਾਣਕਾਰੀ ਲਈ, ਉਹਨਾਂ ਨੇ ਇੱਕ ਨੇੜੇ ਤੇੜੇ ਆ ਕੇ ਕੋਈ CCTV ਫੁਟੇਜ ਵੀ ਨਹੀਂ ਚੈੱਕ ਕਰੀ, ਉਹ ਵੀ ਅਸੀਂ ਆਪ ਹੀ ਚੈੱਕ ਕਰੀਏ ਹੁਣ ਤੱਕ ਫੁਟੇਜ, ਪੁਲਿਸ ਵਾਲਿਆਂ ਨੇ ਕੋਈ ਹਲੇ ਤੱਕ ਕੋਈ ਇਨਕੁਆਇਰੀ ਨਹੀਂ ਪਾਈ, ਕੋਈ ਉਹਨਾਂ ਨੇ ਫੁਟੇਜ ਨਾਲ ਪੜੋਸ ਦੇ ਕੋਈ ਫੁਟੇਜ ਨਹੀਂ ਹਜੇ ਲਿੱਤੀ, ਮਤਲਬ ਕਿ ਉਹਨਾਂ ਦਾ ਕੋਈ ਵੀ ਇਸ ਚੀਜ਼ ਦੇ ਵੱਲ ਇੰਟਰਸਟ ਨਹੀਂ ਹੈ ਕਿ ਅਸੀਂ ਇਹਦੀ ਇਸ ਚੀਜ਼ ਨੂੰ ਅਸੀਂ ਤਹਿਕੀਕਾਤ ਕਰੀਏ ਜਾਂ ਕੋਈ ਹੋਰ ਕਾਰਵਾਈ ਕਰੀਏ। ਉਹਨਾਂ ਨੇ ਕੋਈ ਫੁਟੇਜ ਚੈੱਕ ਨਹੀਂ ਕੀਤੀ ਹਲੇ ਤੱਕ, ਕੋਈ ਉਹਨਾਂ ਨੇ ਰਿਕਾਰਡਿੰਗ ਨਹੀਂ ਕਰਕੇ ਲੈ ਕੇ ਗਏ, ਸਿਰਫ ਆਪਣੀ ਇੱਕ ਕਾਗਜ਼ੀ ਕਾਰਵਾਈ ਕਰਕੇ ਉਹ ਕੰਮ ਕਰ ਗਏ। ਜੋ ਨਗਰ ਕੌਂਸਲ ਵੱਲੋਂ ਸਰਕਾਰੀ ਕੈਮਰੇ, ਜਿਸ ਨੂੰ ਕਿਹਾ ਜਾ ਸਕਦਾ, ਬਾਜ਼ਾਰ ਦੇ ਵਿੱਚ ਵੀ ਜਾਂ ਸਾਈਡਾਂ 'ਤੇ ਵੀ, ਸਿੰਘਪੁਰਾ ਰੋਡ 'ਤੇ ਵੀ ਲਗਵਾਏ ਗਏ ਆ, ਉਹ ਤੁਸੀਂ ਫੁਟੇਜ ਚੈੱਕ ਕਰੀਏ? ਸਰ ਉਹ ਫੁਟੇਜ ਚੈੱਕ ਕਰਨ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਗਏ ਸੀਗੇ, ਨਗਰ ਕੌਂਸਲ ਦੇ ਅਧਿਕਾਰੀ ਨਾਲ ਅਸੀਂ ਗੱਲ ਕੀਤੀ ਸੀ,
ਉਹ ਕਹਿੰਦੇ ਵੀ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਸਦਰ ਥਾਣਾ ਕੁਰਾਲੀ 'ਚ ਲੱਗੀ ਹੋਈ ਆ, ਉਹਨਾਂ ਦੀ ਸਕਰੀਨਿੰਗ ਜੋ ਵੀ ਹੈ, ਉਹਨਾਂ ਦੀ ਰਿਕਾਰਡਿੰਗ ਡੀ ਵੀ ਆਰ ਜੋ ਵੀ ਲੱਗਿਆ ਹੋਇਆ। ਜਦੋਂ ਅਸੀਂ ਸਰ ਉੱਥੇ ਗਏ ਹਾਂ ਤਾਂ ਉਹ ਕਹਿੰਦੇ ਵੀ 5 ਦਿਨ ਹੋ ਗਏ ਅੱਜ, ਪੂਰੇ ਸ਼ਹਿਰ ਦੇ ਕੈਮਰੇ ਬੰਦ ਨੇ ਅਤੇ ਪੂਰੇ ਸ਼ਹਿਰ ਦੀ ਰਿਕਾਰਡਿੰਗ ਬੰਦ ਹੈ। ਅਤੇ ਅਗਰ ਸਰ 5 ਦਿਨ ਹੋ ਗਏ ਬੰਦ, ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਕਿ ਸ਼ਹਿਰ ਦੇ ਵਿੱਚ ਇੰਨੀ ਚੋਰੀਆਂ ਹੋ ਰਹੀਆਂ, ਇਹਦਾ ਮਤਲਬ ਚੋਰਾਂ ਨੂੰ ਇਸ ਗੱਲ ਦੀ ਅੰਦਾਜ਼ਾ ਹੈ ਕਿ ਸ਼ਹਿਰ ਦੇ ਵਿੱਚ ਕੈਮਰੇ ਬੰਦ ਹੈ, ਉਹ ਲਗਾਤਾਰ ਚੋਰੀਆਂ ਕਰ ਰਹੇ ਹੈ, ਲਗਾਤਾਰ ਉਹ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਰਹੇ ਹੈ, ਉਹ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਪਿਆ ਕਿ ਸ਼ਹਿਰ ਦੇ ਜਿਹੜੇ ਸੀਸੀਟੀਵੀ ਕੈਮਰੇ ਬੰਦ ਹੈ, ਅਤੇ ਇਹਦਾ ਮਤਲਬ ਚੋਰਾਂ ਨੂੰ ਸੱਦਾ ਦਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਚੋਰੀ ਕਰੀ ਜਾਵੇ, ਚੋਰਾਂ ਨੂੰ ਸੱਦਾ ਦਿਆ ਜਾ ਰਿਹਾ, ਪੁਲਿਸ ਵੱਲੋਂ ਹਿਮਾਇਤ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਸੱਦਾ ਦਿਆ ਜਾ ਰਿਹਾ ਵੀ ਦੁਕਾਨਾਂ ਦੇ ਤਾਲੇ ਤੋੜੇ ਜਾਵੇ ਸੀਸੀਟੀਵੀ ਫੁਟੇਜ ਬੰਦ ਕਰਨ ਦਾ, ਜਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਸੀਸੀਟੀਵੀ ਫੁਟੇਜ ਬੰਦ ਹੋਈ ਪਈ ਹੈ, ਇਹਦਾ ਮਤਲਬ ਸ਼ਹਿਰ ਨੂੰ ਚੋਰੀ ਦਾ ਬੜਾਵਾ ਦਿਆ ਜਾ ਰਿਹਾ। ਇਸਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਔਰ ਮਾਰਕੀਟ ਮਿਊਂਸੀਪਲ ਕਮੇਟੀ ਦੀ ਨਲਾਇਕੀ ਹੈ, ਜਿਹੜੇ ਇਹ ਨਹੀਂ ਸਮਝ ਪਾ ਰਹੇ ਕਿ ਸੀਸੀਟੀਵੀ ਫੁਟੇਜ ਬੰਦ ਹੈ, ਕੈਮਰੇ ਬੰਦ ਹੈ, ਅਤੇ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਹੈ,